ਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਇਸ ਮੌਕੇ ਸਾਰੇ ਆਗੂਆਂ ਨੇ ਸਰਕਾਰ ਦਾ ਧੰਨਵਾਦ ਕੀਤਾ। ਸੰਸਦ ਮੈਂਬਰਾਂ ਨੇ ਕਿਹਾ ਕਿ ਸਿੱਖਾਂ ਨੂੰ ਵਿਆਹ ਦੀ ਰਜਿਸਟ੍ਰੇਸ਼ਨ ਕਰਵਾਉਣ ਵੇਲੇ ਆਉਂਦੀਆਂ ਦਿੱਕਤਾਂ ਇਸ ਬਿੱਲ ਦੇ ਪਾਸ ਹੋਣ ਨਾਲ ਦੂਰ ਹੋ ਜਾਣਗੀਆਂ। ਹੁਣ ਇਹ ਬਿੱਲ ਕੱਲ ਸੰਸਦ ਦੇ ਇਜਲਾਸ ਦੇ ਆਖਰੀ ਦਿਨ ਲੋਕ ਸਭਾ ਵਿਚ ਪੇਸ਼ ਕੀਤਾ ਜਾ ਸਕਦਾ ਹੈ। ਅਕਾਲੀ ਦਲ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਬਲਵਿੰਦਰ ਸਿੰਘ ਪੁੰਦੜ ਨੇ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਨੂੰ ਆਉਂਦੀਆਂ ਮੁਸ਼ਕਲਾਂ ਇਸ ਬਿੱਲ ਦੇ ਪਾਸ ਹੋਣ ਨਾਲ ਦੂਰ ਹੋ ਜਾਣਗੀਆਂ। ਜਦੋਂ ਵੀਜ਼ੇ ਲਈ ਜਾਂਦੇ ਤੇ ਕੋਈ ਪ੍ਰੋਬਲਮ ਐਨਆਰਆਈ ਲਈ ਆਉਂਦੀ ਹੈ, 40 ਲੱਖ ਐਨਆਰਆਈ ਸਾਡੇ ਹੈ, ਉਹਨਾਂ ਨੂੰ ਜਦੋਂ ਰਜਿਸਟ੍ਰੇਸ਼ਨ ਹੁੰਦੀ ਸੀ ਉਹ ਸਿੱਖ ਆਨੰਦ ਮੈਰਿਜ ਐਕਟ 'ਚ ਨਹੀਂ ਹੁੰਦੀ ਸੀ। ਜਦੋਂ ਵੀਜ਼ੇ ਲਈ ਜਾਂਦੇ ਤੇ ਉਦੋਂ ਉਹਦੀ ਸਪਾਊਸ ਜੀ ਨੇ ਜਾਣਾ ਹੁੰਦਾ ਸੀ ਤੇ ਉਹ ਵੀਜ਼ਾ ਅੰਬੈਸੀ ਪੁੱਛਦੀ ਸੀ ਕਿ ਤੁਸੀਂ ਲਿਖਿਆ ਪਾਸਪੋਰਟ 'ਚ ਸਿੱਖ ਹੈ ਲੇਕਿਨ ਤੁਹਾਡਾ ਜੋ ਸਰਟੀਫਿਕੇਟ ਹੈ ਉਹ ਹਿੰਦੂ ਮੈਰਿਜ ਐਕਟ ਦੇ ਤਹਿਤ ਹੈ ਤੇ ਉਹਨਾਂ ਦਾ ਵੀਜ਼ਾ ਰਿਜੈਕਟ ਹੋ ਜਾਂਦਾ ਸੀ। ਤੇ ਅੱਜ ਉਹ ਡਿਮਾਂਡ ਕਾਫੀ ਦੇਰ ਤੋਂ ਚੱਲਦੀ ਰਹੀ ਔਰ ਸਰਦਾਰ ਤਰੋਚਨ ਸਿੰਘ ਹੁੰਦੇ ਸੀ ਇੱਥੇ ਪਹਿਲਾਂ ਮੈਂਬਰ, ਉਹਨਾਂ ਨੇ 200 ਸਾਲ ਸਿੱਖ ਪ੍ਰਾਈਵੇਟ ਬਿੱਲ ਵੀ ਲਿਆਂਦਾ ਲੇਕਿਨ ਉਹਦੀ ਨਹੀਂ ਪੁੱਛੀ ਤੇ ਲੇਕਿਨ ਮੈਂ ਆਭਾਰੀ ਸਟੈਂਡਿੰਗ ਕਮੇਟੀ ਆਫ ਲਾਅ ਐਂਡ ਜਸਟਿਸ ਦਾ ਜਿਨ੍ਹਾਂ ਨੇ ਨਿਚੱਪਾ ਸਾਹਿਬ ਜੀ ਦੇ ਚੇਅਰਮੈਨ ਸੀ ਉਹਨਾਂ ਨੇ ਯੂਨੈਨੀਮਸਲੀ 2007 ਦਸੰਬਰ 'ਚ ਪਾਸ ਕੀਤਾ ਕਿ ਇਹ ਬਿੱਲ ਮੰਨ ਲੈਣਾ ਚਾਹੀਦਾ। ਮੈਂ ਆਭਾਰੀ ਹਾਂ ਸਾਰੇ ਸੈਕਸ਼ਨ ਦੇ ਸਰਵਿਸ ਬਿਲ ਦਾ ਜਿਨ੍ਹਾਂ ਨੇ ਬੜੀ ਖੁਸ਼ੀ ਨਾਲ ਇਹਨੂੰ ਮਨਜ਼ੂਰ ਕੀਤਾ ਔਰ ਯੂਨੈਨੀਮਸੀ ਪਾਸ ਕਰਨ ਦਾ ਫੈਸਲਾ ਕੀਤਾ। ਮੈਂ ਬਹੁਤ ਕੁਛ ਨਹੀਂ ਕਹਿਣਾ, ਮੈਂ ਲਾਅ ਮਿਨਿਸਟਰ ਸਾਹਿਬ ਨੂੰ 2-3 ਗੱਲਾਂ ਜ਼ਰੂਰ ਕਹਿਣਾ ਚਾਹੂੰਗਾ ਲਾਸਟ ਵਿੱਚ, ਬਹੁਤਾ ਲੰਮਾ ਸਮਾਂ ਨਹੀਂ ਮੈਂ ਲੈਣਾ, ਕਿ ਇਹ ਮਸਲਾ ਤਾਂ ਬੜਾ ਛੋਟਾ ਸੀ ਇਹ ਹੱਲ ਹੋ ਗਿਆ ਲੇਕਿਨ ਕਈ ਐਸੇ ਮਸਲੇ ਵੀ ਨੇ। ਇੱਕ ਮਿੰਟ ਜੀ, ਸ਼੍ਰੋਮਣੀ ਅਕਾਲੀ ਦਲ ਹੈ ਜੋ ਉਹ ਸਿੱਖਾਂ ਦੀ ਜਿੱਥੇ ਹੁੰਦੀ, ਹਾਲਾਂਕਿ ਸਾਡੀ ਸਭ ਤੋਂ ਵੱਧ ਸੈਕੂਲਰ ਪਾਰਟੀ ਹੈ, ਸਾਡੀ ਪਾਰਟੀ ਵਿੱਚ ਹਿੰਦੂ ਮੁਸਲਮਾਨ ਸਿੱਖ ਸਾਰੇ ਮੈਂਬਰ ਵੀ ਨੇ, ਮੰਤਰੀ ਵੀ ਨੇ, ਸਾਰੇ ਵੀ ਨੇ, ਪਰ ਜਦੋਂ ਕਿਤੇ ਵੀ ਸਿੱਖਾਂ ਤੇ ਕੋਈ ਦੁਨੀਆ ਵਿੱਚ ਬੈਠੇ ਤੇ ਕੋਈ ਆਵੇ ਤਾਂ ਉਹਨੂੰ ਰੀਪ੍ਰੈਜੈਂਟ ਸ਼੍ਰੋਮਣੀ ਅਕਾਲੀ ਦਲ ਕਰਦਾ। ਇਸ ਕਰਕੇ ਇਹਨੂੰ ਸਿੱਖਾਂ ਦੀ ਪਾਰਟੀ ਵੀ ਕਹਿ ਸਕਦੇ ਹੋ ਲੇਕਿਨ ਸੈਕੂਲਰ ਪਾਰਟੀ ਵੀ ਹੈ, ਇਸ ਨੇ ਹਮੇਸ਼ਾ ਉਠਾਇਆ ਇਹਦੇ ਨਹੀਂ। ਇੱਕੋ ਮੰਗ ਜੀ, ਮੈਂ ਬਹੁਤਾ ਟਾਈਮ ਨਹੀਂ ਲੈਣਾ, ਇੱਕ ਮਿੰਟ ਜ਼ਰੂਰ ਮੈਂ ਆਪਣੀ ਇਜਾਜ਼ਤ ਨਾਲ ਲੈਣਾ ਚਾਹੂੰਗਾ ਕਿ ਇੱਕ ਵੱਡੀ ਮੰਗ ਜੋ ਸਿੱਖਾਂ ਦੀ ਹੈ ਉਹ ਆਰਟੀਕਲ 25 ਹੈ, ਉਹਨੂੰ ਉਹ ਅੱਜ ਨਹੀਂ ਕੁਛ ਨਹੀਂ ਕਹਿਣਾ ਮੈਂ, ਲੇਕਿਨ ਉਸ ਤੇ ਤੁਸੀਂ ਮਿਨੋਰਟੀ ਨੂੰ ਸੰਬੰਧਿਤ ਹੋ, ਤੁਸੀਂ ਬਹੁਤ ਵੱਡੇ ਸਟੈਪ ਲੈਣ ਨੂੰ ਤਿਆਰ ਹੋ, ਉਹਦੇ ਲਈ ਵਿਚਾਰੋ, ਵਿਚਾਰ ਕੇ, ਕਿਉਂਕਿ ਬੜੀਆਂ ਐਜੀਟੇਸ਼ਨਾਂ ਵੀ ਹੋਈਆਂ, ਬੜਾ ਬਹੁਤ ਵੱਡਾ ਹੈ, ਉਹਦੇ ਨਾਲ ਅਸਲੀ ਮਸਲੇ ਸਿੱਖਾਂ ਦੇ ਹੱਲ ਹੋਣਗੇ ਜਦੋਂ ਸੈਕਸ਼ਨ 25 ਦੀ ਅਮੈਂਡਮੈਂਟ ਆਏਗੀ। ਮੇਰੀ ਬੇਨਤੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹਨੂੰ ਦੇਖ ਕੇ ਸੋਚ ਕੇ ਔਰ ਉਹਦੇ ਵੀ ਕੋਈ ਵਿਚਾਰ ਕਰਿਓ, ਇਹਦੀ ਮੇਰੀ ਬੇਨਤੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ। ਪਹਿਲਾਂ ਤਾਂ ਮੈਂ ਇੱਕ ਅਮੈਂਡਮੈਂਟ ਜੋ ਇਸ ਤੇ ਮੂਵ ਕੀਤੀ ਸੀ ਉਸ ਨੂੰ ਵਿਦਰਾ ਕਰਨਾ ਚਾਹੁੰਦਾ, ਅਮੈਂਡਮੈਂਟ ਕੋਈ ਅਸੀਂ ਇਸ ਤੇ ਲਿਆਉਣੀ ਨਹੀਂ ਚਾਹੁੰਦੇ ਫਸਟ। ਸੈਕਿੰਡ, ਪ੍ਰਧਾਨ ਮੰਤਰੀ ਜੀ ਦਾ ਔਰ ਸੰਬੰਧਿਤ ਮਿਨਿਸਟਰ ਸਾਹਿਬ ਦਾ ਧੰਨਵਾਦ ਕਰਦੇ। ਥਰਡ ਪੁਆਇੰਟ ਇਹ ਹੈ ਮੇਰੇ, ਇਹਦਾ ਬਹੁਤ ਜ਼ਰੂਰੀ ਹੈ ਕਿ ਜੋ ਬੈਂਕਟ ਰਮਈਆ 40 ਕਮਿਸ਼ਨ ਬਣਿਆ ਸੀ, ਜੋ ਸਿੱਖਾਂ ਦੀ ਸਾਡੀ ਬੜੀ ਦੇਰ ਤੋਂ ਮੰਗ ਹੈ ਕਿ ਆਰਟੀਕਲ 25 ਦੀ ਜਿਹੜੀ ਕਲਾਸ 2 ਹੈ ਉਸ ਚੋਂ ਸਿੱਖ ਜਿਹੜਾ ਵਰਡ ਹੈ ਜਿਹੜਾ ਕਲੱਬ ਕੀਤਾ ਹੋਇਆ ਸਿੱਖ ਹੈ ਉਹ ਮਿਟ ਕਰ ਦਿੱਤਾ ਜਾਵੇ। ਕਮਿਸ਼ਨ ਨੇ ਵੀ ਰਿਕਮੈਂਡ ਕਰਤਾ ਸੀ, ਮੇਰੀ ਅਗਲੀ ਰਿਕੁਐਸਟ ਇਹ ਹੈ ਕਿ ਉਸ ਨੂੰ ਵੀ ਮੰਨ ਲਓ ਥੋੜੀ ਦੇਰ ਬਾਅਦ, ਇੱਕ ਇੰਨੀ ਦੇਰ ਬਾਅਦ ਬਗੈਰ ਕਿਸੇ ਐਜੀਟੇਸ਼ਨ ਦੇ, ਗੱਲ ਬੜੀ ਛੋਟੀ ਹੈ ਲੇਕਿਨ ਮੰਨੀ ਅਸੀਂ ਖੁਸ਼ ਹੋਏ ਹਾਂ। ਭਾਰਤੀ ਜਨਤਾ ਪਾਰਟੀ ਦੇ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਸਿੱਖਾਂ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਹੁਣ ਪੂਰੀ ਹੋ ਗਈ ਹੈ। ਜੋ ਗੁਰੂ ਗ੍ਰੰਥ ਸਾਹਿਬ ਹੈ, ਹਮਨੇ ਇਸਕੋ ਲਾਈਵ ਗੁਰੂ ਮਾਨਾ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਕੀ ਅਗਰ ਹਮ ਫਾਰਮੇਸ਼ਨ ਦੇਖੇ ਜੋ ਉਸਮੇ ਲਿਖਾ ਹੈ, ਸਭੀ ਪੰਥੋਂ ਸਭੀ ਗ੍ਰੰਥੋਂ ਸਭੀ ਮਹਾਪੁਰਸ਼ੋਂ ਕੀ ਬਾਣੀ ਕੋ ਲੇਕਰ ਇੱਕ ਇਸ ਗ੍ਰੰਥ ਕੋ ਤਿਆਰ ਕੀਆ ਗਿਆ ਹੈ। ਤੋ ਜੋ ਸਿੱਖ ਮੈਰਿਜਸ ਹੋਤੀ ਹੈ ਵੋ ਇਸ ਗ੍ਰੰਥ ਕੀ ਹਾਜ਼ਰੀ ਮੇ ਹੋਤੀ ਹੈ। ਤੋ ਜੇ ਮਾਨਤਾ ਹੈ ਕਿ ਜੋ ਮੇਰੀ ਮੈਰਿਜ ਐਜ਼ ਏ ਸਿੱਖ ਰਾਈਟਸ ਹੋਈ ਹੈ ਵੋ ਮੇਰੇ ਗੁਰੂ ਕੇ ਸਾਹਮਣੇ ਹੋਈ ਹੈ। ਸੋ ਕਈ ਵਾਰ ਜੋ ਡਿਫੀਕਲਟੀਜ਼ ਡੀ ਸਾਹਿਬ ਨੇ ਬਤਾਈ ਹੈ ਉਸਕੋ ਮਿਟਾਣੇ ਕੇ ਲਈ ਜੇ ਆਨੰਦ ਸੇ ਆਨੰਦ ਕਾਰਜ ਜੋ ਐਕਟ ਹੈ ਉਸਕੋ ਥੋੜੀ ਸੀ ਅਮੈਂਡਮੈਂਟ ਕੀ ਹੈ, ਇਸਕੇ ਲਈ ਮੈਂ ਜਹਾਂ ਬਧਾਈ ਦੇਤਾ ਹੂੰ। ਕਾਂਗਰਸ ਦੇ MS ਗਿੱਲ ਨੇ ਬਿੱਲ ਦੀ ਹਮਾਇਤ ਕਰਦਿਆਂ ਕਿਹਾ ਹੈ ਕਿ ਇਹ 1909 ਵਿਚ ਬਣੇ ਕਾਨੂੰਨ ਵਿਚ ਹੁਣ ਜਾ ਕੇ ਤਰਮੀਮ ਹੋਈ ਹੈ। ਬੜੀ ਖੁਸ਼ੀ ਸੇ ਇਸ ਬਿੱਲ ਕਾ ਸਮਰਥਨ ਕਰਤਾ ਹੂੰ। ਬਾਤ ਬੜੀ ਸੀਧੀ ਸਾਦੀ ਥੀ ਕਿ ਹਮਾਰੇ ਸਭ ਕੇ ਜੋ ਇਧਰ ਬੈਠੇ ਹੋਏ ਪਗੜੀ ਵਾਲੇ, ਹਮਾਰੀ ਸ਼ਾਦੀ ਗੁਰਦੁਆਰੇ ਮੇ ਗ੍ਰੰਥ ਸਾਹਿਬ ਕੇ 4 ਚੱਕਰ ਲਗਾ ਕੇ ਬੀਚ ਮੇ ਸੇ ਪੰਖੀਆਂ ਪੜ ਕੇ ਹੋਤੀ ਹੈ।
آج کے زمانے میں ایک دقت آ گئی اور یہ ہو رہی ہے 19th century سے. 1909 میں اسی فیڈرل پارلیمنٹ نے اس کا قانون چھوٹا سا بنایا, مانتا دی. اب ہم بڑی دیر سے کہہ رہے ہیں کہ آج کے یگ میں سرٹیفکیٹ چاہیے اوتھینٹیکیٹڈ جو دنیا مان لے, وہ نہیں مل رہا تھا اور خاص کر کہیں اور جا کے لو وہ اچھا نہیں لگتا تھا. تو مجھے بہت خوشی ہے کہ آج یہ چھوٹا سا جو سکھوں کا, پنجابیوں کا, سب کا, ان کا, ہمارا سب کا اکٹھا تھوڑا سا عرض کا گلا تھا, وہ آج آپ سرب سمتی سے کر رہے ہیں. بہجن سماج پارٹی دے اوتار سنگھ کریم پوری نے آنند میرج ایکٹ سودھ بل دے پاس ہونے بارے کہا کہ دیری نال ہی صحیح پر صحیح قدم چکیا گیا ہے. دیری نال ہی صحیح, کچھ حد تک صحیح قدم ہے, اجے تک یہ بہت کمیاں بھی ہے. اسی چاہاں گے کہ انہوں ایس سٹیج تے پاس کیتا جائے تو آنے والے سمے چ جو ہور کمیاں ہیں جو سکھ سماج دی ڈیمانڈ ہے وہ مطابق اگے ودیا جائے. راج سبھا ممبر کے ڈی سنگھ نے بل دی حمایت کردیا کہا ہے کہ سکھاں دا اتہاس قربانیاں نال بھریا پیا ہے تے انہاں ہمیشہ قوم دا ساتھ دیتا ہے. آنند میرج ایکٹ دے پاس ہو جان نال ودیشاں وچ رہندے پنجابیاں نوں وی فائدہ ملے گا. سکھ کمیونٹی ہیز آلویز سٹڈ ود دی نیشن. دے ہیو میڈ میکسیمم سیکریفائسز فار دی فریڈم آف دی کنٹری. ایون ناؤ اٹ از پنجاب وچ ہیز بین پروڈیوسنگ انف فوڈ گرینز ٹو کیپ انڈیا فری فرام فیمائن. آئی ایم پرسنلی اویئر that wherever a Sikh is settled in the world, he becomes a flag bearer for India. The Sikh NRIs, although this issue has been taken, the Sikh NRIs have attained quite high positions in many countries. The new bill will be of help particularly to Sikhs residing abroad. ਕੇਂਦਰੀ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਸਰਕਾਰ ਸਾਰੇ ਧਰਮਾਂ ਦਾ ਆਦਰ ਕਰਦੀ ਹੈ ਅਤੇ ਸਿੱਖਾਂ ਦੀ ਇਸ ਮੰਗ ਨੂੰ ਪੂਰਾ ਕਰਕੇ ਉਨ੍ਹਾਂ ਨੂੰ ਵੀ ਖੁਸ਼ੀ ਹੋ ਰਹੀ ਹੈ. ਉਨ੍ਹਾਂ ਸਾਰੇ ਮੈਂਬਰਾਂ ਨੂੰ ਇਸ ਬਿੱਲ ਦੇ ਪਾਸ ਹੋਣ ਲਈ ਵਧਾਈ ਦਿੱਤੀ. ਇਸ ਦੌਰਾਨ ਅਕਾਲੀ ਦਲ ਦੇ ਨਰੇਸ਼ ਗੁਜਰਾਲ ਨੇ ਮੰਗ ਕੀਤੀ ਕਿ ਹਿੰਦੂ ਮੈਰਿਜ ਐਕਟ ਤਹਿਤ ਪਹਿਲਾਂ ਰਜਿਸਟਰ ਕੀਤੇ ਗਏ ਵਿਆਹਾਂ ਨੂੰ ਬਦਲਣ ਦੀ ਮਨਜ਼ੂਰੀ ਦਿੱਤੀ ਜਾਵੇ. ਮੈਂ ਸਾਰੇ ਹੀ ਮਾਨਵਰ ਸਾਥੀਓ ਕਾ ਆਭਾਰ ਪ੍ਰਗਟ ਕਰਤਾ ਹਾਂ ਔਰ ਵਿਸ਼ੇਸ਼ਤ ਆਪਣੀ ਸਕੈਨਿੰਗ ਕਮੇਟੀ ਕਾ میں آبھار پرکٹ کرتا ہوں کہ انہوں نے اتنی دوردرشی اور ادار سوچ سے آج ایک ایسے کام کو کرنے کا ہمیں افسر دیا ہے, جس سے ایک بات بڑی سپشٹ ہو جاتی ہے کہ یہ سرکار, ماننیہ پردھان منتری جی موجود ہیں, یہ سرکار ہمیشہ ہر اچت مانگ کو ہر سمودائے کے, ہر ورگ کے اور ہر چھیتر کے لوگوں کو سب سہانوبھوتی پوروک اور پوری ادارتا کے ساتھ سہیوگ دینے کے لیے تت پر تیار رہتی ہے. اور ابھی بھی آپ سمجھتے ہیں کہ اس کے آگے بھی کچھ سمبھو ہے تو ہم ایک دوسرے سے بیٹھ کر وستار سے بات کر کے, سمواد کر کے, ڈائیلاگ کے مادھیم سے اور آگے کیا قدم اٹھائے جا سکتے ہیں وہ قدم اٹھانے کے لیے ہمیشہ تیار رہیں گے. میں ہاؤس کا پھر سے دھنیواد دیتا ہوں اور میں آپ سے نویدن کروں گا کہ اس بل کو آپ پارت کریں. سنس دس ہسٹورک بل از گوئنگ ٹو بی پاسڈ ناؤ, مینی سکھس ہو ور میرڈ انڈر دا آنند ایکٹ بفور but they got the certificate under the Hindu Marriage Act. Many of them are settled abroad. They may wish to change their certificate. They've been married before, but they now may wish to change the certificate. So kindly issue instructions to the embassy that those Sikh families which wish to change the certificate may be allowed to do so. Okay. Thank you, sir. Okay. All right. The question is that Anand Marriage Amendment Bill 2000 will be taken into consideration. Those in favor, please say aye. Those against, please say no. I think the ayes have it motion is adopted. ਲੋਕਪਾਲ ਬਿੱਲ ਨੂੰ ਇੱਕ ਵਾਰ ਫਿਰ ਝਟਕਾ ਲੱਗਿਆ ਹੈ. ਰਾਜ ਸਭਾ ਵਿਚ ਲੋਕਪਾਲ ਬਿੱਲ ਲਿਆਂਦਾ ਗਿਆ ਪਰ ਇਸ ਵਿਚ ਖਾਮੀਆਂ ਦਾ ਹਵਾਲਾ ਦਿੰਦਿਆਂ ਇਸ ਨੂੰ ਕਮੇਟੀ ਦੇ ਹਵਾਲੇ ਕਰ ਦਿੱਤਾ ਗਿਆ ਤਾਂ ਜੋ ਉਹ ਬਿੱਲ ਦੀਆਂ ਕਮੀਆਂ ਨੂੰ ਦੂਰ ਕਰਕੇ ਇਸ ਨੂੰ ਦੁਬਾਰਾ ਪੇਸ਼ ਕਰ ਸਕੇ. ਸਰਕਾਰ ਵੱਲੋਂ ਲੋਕਪਾਲ ਬਿੱਲ ਨੂੰ ਮੁਲਤਵੀ ਕਰਨ ਦਾ ਵਿਰੋਧ ਵੀ ਹੋਇਆ. ਦੱਸਿਆ ਗਿਆ ਹੈ ਕਿ ਹੁਣ ਲੋਕਪਾਲ ਬਿੱਲ ਨੂੰ ਮਾਨਸੂਨ ਸੈਸ਼ਨ ਵਿਚ ਪੇਸ਼ ਕੀਤਾ ਜਾਵੇਗਾ. इसमें कोई शक नहीं कि सभी पार्टीज ने अपने अपने नाम दिए थे और सभी से तय हुए थे. इसमें कोई गलती नहीं किसी ढंग की. आप इससे पहले तीन बिल राज्यसभा में ऐसे ही सिलेक्ट कमेटी में गए हैं. उनका नाम है, एक है तो कमर्शियल डिविजन ऑफ हाई कोर्ट्स,
एक टॉर्चर बिल और एक मेरा ख्याल शायद था ट्रेडमार्क। आप रिकॉर्ड निकलवा के देखिए, यही प्रोसेस फॉलो हुआ था। ये जानने की जरूरत है, और मैं मुझे खेद इस बात का है कि भारतीय जनता पार्टी के वरिष्ठ नेता जानते हुए भी क्या कानून है उसी कानून को गलत पढ़ रहे थे। अब इसका जवाब कोई कुछ नहीं दिया जा सकता। अगर फैसला ही वो ये कर लें कि गलत कहना है तो उसका कोई इलाज नहीं। सिलेक्ट कमेटी के पास जाएगा तो सिलेक्ट कमेटी से आने दीजिए ना। अभी तो सिलेक्ट कमेटी को भेजने का ही इतने अलग अलग विचार उठ गए। सिलेक्ट कमेटी के पास इसलिए भेजा जाता है कि जो विस्तार से बात सदन में नहीं हो पाती है वो विस्तार से सिलेक्ट कमेटी में सभी पार्टियों के प्रतिनिधि वहां रहते हैं, वो लोग उस पर विस्तार से चर्चा करके और फिर हाउस को रिपोर्ट करते हैं। संसद की जो प्रक्रिया और कानून है उसकी हम लोग की समझदारी बहुत ही स्पष्ट है कि अगर सिलेक्ट कमेटी के बारे में कोई भी प्रस्ताव लाने का विचार था तो ये निर्णय सरकार को स्वयं करना चाहिए था और सदन के सामने वो प्रस्ताव लाना चाहिए था। किसी दूसरे के कंधे से इस विषय को रखने का कोई मतलब हमें समझ में नहीं आता। इसे हम बिल्कुल अंकित मानते हैं। भाजपा की एक आपत्ति और थी जो माननीय अरुण जेटली ने उठाई थी, जो संशोधन है वो संविधान की धारा 252 के अंतर्गत बाधित है। उस बारे में सरकार कोई विचार नहीं कर सकती जब तक दो विधानसभा राज्यसभा इसके बारे में अधिकृत नहीं करते। उधर अन्ना टीम ने सरकार की निखेधी करदिया कहा कि लोगों नाल कोझा मजाक है। टीम अन्ना के मैंबर मनीष सिसोदिया ने कहा कि उन्होंने सरकार नूं 2 महीने का समा दिता है, जेकर 25 जुलाई तक लोकपाल बिल पास ना होया तां ओ जंतर मंतर ते मुड़ तों भुख हड़ताल करनगे। इसीलिए अन्ना जी ने ऐलान कर दिया है कि 25 जुलाई से हम लोग अनशन पर बैठेंगे। इस पूरे आंदोलन की रूपरेखा इस तरह से बनाई जाएगी ताकि अन्ना जी का, क्योंकि पिछले दिनों में उनका स्वास्थ्य ठीक नहीं रहा था काफी समय तक, इस बार अनशन पे ना बैठना पड़े। हम सारे साथी अनशन पे बैठेंगे और इस आंदोलन को और मजबूत करेंगे ताकि सरकार मजबूर हो एक सख्त लोकपाल लाने के लिए। और ये जो इन्होंने पोस्ट ऑफिस नाम का लोकपाल बनाया है, पोस्ट ऑफिस के तरीके का, इसको वापस लिया जाए। केंद्रीय वित्त मंत्री प्रणब मुखर्जी वालों आज काले धन ते लोकसभा विच व्हाइट पेपर पेश किया गया, पर 50 तो ज्यादा पेपर वाले व्हाइट पेपर ते काले धन का कुल आंकड़ा नहीं दिता गया। कुछ दिन पहला प्रणब मुखर्जी ने भाजपा के सीनियर आगू लाल कृष्ण अडवाणी भरोसा दवाया कि वह बजट सैशन खत्म होने तो पहला व्हाइट पेपर पेश करेंगे। बजट सैशन मंगलवार को खत्म हो जा रहा है, प्रणब मुखर्जी ने उस तो पहला अज व्हाइट पेपर पेश कर दिया। हालांकि विरोधी धिर ने भी लंबे समय तो यूपीए सरकार खिलाफ काले धन के मुद्दे लेकर आवाज की हुई है। ये वक्त कल रात को मुझे मिलता। आई बेग टू ले ऑन द टेबल ए कॉपी ऑफ द व्हाइट पेपर ऑन ब्लैक मनी मेड 2012 हिंदी एंड इंग्लिश वर्सन, टू ए कॉपी ऑफ द स्टेटमेंट हिंदी एंड इंग्लिश वर्सन ऑन क्वार्टरली रिव्यू ऑफ द ट्रेंड्स इन रिसीट्स एंड एक्सपेंडिचर्स in relation to the budget at the end of the third quarter of the financial year 2011-12 under subsection 1 of section 7 of the fiscal responsibility and budget management act 2003. bulletin vich khabran is tarah jari rehngiya par ek chote je break to baad